ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਪੰਜਾਬ ਮੇਰੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਤੇ ਇਹ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਆਪਾਂ ਗੱਲ ਕਰਾਂਗੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਪਤਾ ਹੋਣਗੀਆਂ। ਸੋ 13 ਅਕਤੂਬਰ 1948 ਨੂੰ ਫੈਸਲਾਬਾਦ ਪਾਕਿਸਤਾਨ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਉਸਤਾਦ ਫਤਿਹ ਅਲੀ ਖਾਨ ਸਾਹਿਬ ਦੇ ਘਰੇ। ਨੁਸਰਤ ਜੀ ਦਾ ਅਸਲੀ ਨਾਮ ਪਰਵੇਜ਼ ਅਲੀ ਖਾਨ ਹੈ। ਸੋ ਇਹਨਾਂ ਦਾ ਜਨਮ ਤਾਂ ਫੈਸਲਾਬਾਦ ਵਿੱਚ ਹੋਇਆ ਸੀ ਪਰ ਇਹਨਾਂ ਦੇ ਫਾਦਰ ਸਾਹਿਬ ਵਸਤੀ ਸ਼ੇਖ ਜਲੰਧਰ ਤੋਂ ਸੀ ਅਤੇ ਉਸ ਤੋਂ ਪਹਿਲਾਂ ਇਹਨਾਂ ਦੇ ਬਜ਼ੁਰਗ ਅਫਗਾਨਿਸਤਾਨ ਤੋਂ ਇੰਡੀਆ ਆਏ ਸੀ। ਸੋ ਜਲੰਧਰ ਉਹ ਸ਼ੇਖ ਦਰਵੇਸ਼ ਜੀ ਦੇ ਨਾਲ ਆਏ ਸੀ ਅਤੇ ਇਹ ਜਗ੍ਹਾ ਵੀ ਉਹਨਾਂ ਦੇ ਨਾਮ ਨਾਲ ਹੀ ਮਸ਼ਹੂਰ ਹੋਈ ਜਿਸਦਾ ਨਾਮ ਸੀ ਵਸਤੀ ਸ਼ੇਖ ਦਰਵੇਸ਼। ਅਤੇ ਫਿਰ ਇਹਨਾਂ ਦੇ ਪਿਤਾ ਪਾਰਟੀਸ਼ਨ ਤੋਂ ਬਾਅਦ ਫੈਸਲਾਬਾਦ ਵਿੱਚ ਚਲੇ ਗਏ, ਮਤਲਬ ਕਿ ਇੱਧਰਲੇ ਪੰਜਾਬ ਤੋਂ ਪਰਲੇ ਪੰਜਾਬ ਵਿੱਚ। ਅਤੇ ਇਹ ਸਭ ਨੂੰ ਪਤਾ ਹੈ ਕਿ ਨੁਸਰਤ ਜੀ ਰਾਈਟਰ, ਕੰਪੋਜ਼ਰ ਅਤੇ ਸੰਗੀਤਕਾਰ ਸੀ ਅਤੇ ਇਹਨਾਂ ਦੀ ਗੀਤਕਾਰੀ ਇਹਨਾਂ ਨੂੰ ਵਿਰਾਸਤ ਵਿੱਚ ਹੀ ਮਿਲੀ ਸੀ। ਨੁਸਰਤ ਸਾਹਿਬ ਕਰੀਬ 10 ਸਾਲ ਦੀ ਉਮਰ ਵਿੱਚ ਹੀ ਤਬਲਾ ਵਜਾਉਣ ਦੀ ਮੁਹਾਰਤ ਹਾਸਲ ਕਰ ਚੁੱਕੇ ਸੀ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੇ ਕਵਾਲੀਆਂ ਦੇ ਗੁਰ ਆਪਣੇ ਚਾਚੇ ਤੋਂ ਸਿੱਖਣੇ ਸ਼ੁਰੂ ਕੀਤੇ। ਸੋ ਛੋਟੇ ਹੁੰਦੇ ਤੋਂ 10-10 ਘੰਟੇ ਦਾ ਰਿਆਜ਼ ਹੁੰਦਾ ਸੀ ਇਹਨਾਂ ਦਾ ਅਤੇ ਰਿਆਜ਼ ਕਰਦੇ ਪਤਾ ਨਹੀਂ ਲੱਗਦਾ ਸੀ ਕਦੋਂ ਦਿਨ ਤੋਂ ਰਾਤ ਹੋ ਜਾਂਦੀ ਸੀ। ਅਤੇ 1964 ਤੱਕ ਆਪਣੇ ਸੁਰਾਂ 'ਤੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਇਹਨਾਂ ਕੋਲ ਸੰਗੀਤ ਦੀ ਗੱਦੀ 600 ਸਾਲ ਤੋਂ ਚੱਲਦੀ ਅੱਗੇ ਆ ਰਹੀ ਸੀ। ਬਚਪਨ ਵਿੱਚ ਇੱਕ ਵਾਰ ਇਹਨਾਂ ਨੇ ਪਹਿਲੀ ਵਾਰ ਕਿਸੇ ਪ੍ਰੋਗਰਾਮ 'ਤੇ ਤਬਲਾ ਵਜਾਇਆ ਸੀ ਜਦੋਂ ਕਿਸੇ ਕਾਰਨ ਤਬਲੇ ਵਾਲਾ ਉੱਥੇ ਪਹੁੰਚ ਨਾ ਸਕਿਆ ਅਤੇ ਇਹਨਾਂ ਨੇ ਅਜਿਹਾ ਤਬਲਾ ਵਜਾਇਆ ਕਿ ਉੱਥੇ ਗਾਉਣ ਵਾਲਾ ਗਾਇਕ ਵੀ ਹੈਰਾਨ ਰਹਿ ਗਿਆ ਅਤੇ ਜਿਸ ਤੋਂ ਬਾਅਦ ਪਿਤਾ ਨੇ ਬਹੁਤ ਸ਼ਾਬਾਸ਼ ਦਿੱਤੀ ਅਤੇ ਹੁਣ ਨੁਸਰਤ ਜੀ ਦੀ ਆਵਾਜ਼ ਦੇ ਜਾਦੂ ਅੱਗੇ ਹਰ ਕੋਈ ਮੰਤਰ ਮੁਗਧ ਹੋਣ ਲੱਗਿਆ। ਸੋ ਦੱਸਿਆ ਜਾਂਦਾ ਹੈ ਕਿ ਜਦੋਂ ਇਹ 16 ਸਾਲ ਦੇ ਸੀ ਉਦੋਂ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਇਹਨਾਂ ਦੇ ਪਿਤਾ ਇਹਨਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ ਪਰ ਇੱਕ ਸੁਪਨੇ ਕਾਰਨ ਇਹ ਸਭ ਕੁਝ ਚੇਂਜ ਹੋ ਗਿਆ। ਨੁਸਰਤ ਜੀ ਨੂੰ ਉਹਨਾਂ ਦੇ ਪਿਤਾ ਦੀ ਮੌਤ ਤੋਂ 10 ਦਿਨ ਬਾਅਦ ਇੱਕ ਸੁਪਨਾ ਆਇਆ ਜਿਸ ਵਿੱਚ ਉਹਨਾਂ ਨੂੰ ਕਿਹਾ ਕਿ ਤੂੰ ਭਵਿੱਖ ਵਿੱਚ ਇੱਕ ਕਾਬਲ ਬਣਨਾ ਹੈ ਅਤੇ ਕਵਾਲੀਆਂ ਪੇਸ਼ ਕਰਨੀਆਂ ਨੇ ਜਿਸ ਤੋਂ ਬਾਅਦ ਉਹ ਇਸ ਪਾਸੇ ਹੋਰ ਸਰਗਰਮ ਹੋਵੇ ਅਤੇ ਇਹਨਾਂ ਨੂੰ ਨੁਸਰਤ ਨਾਮ ਗੁਲਾਮ ਗੂਸ ਅਬਦਾਨੀ ਨੇ ਦਿੱਤਾ ਸੀ ਜਿਸ ਦਾ ਅਰਥ ਹੈ ਜਿੱਤ ਅਤੇ ਉਹ ਕਹਿੰਦੇ ਸੀ ਕਿ ਨੁਸਰਤ ਫਤਿਹ ਅਲੀ ਖਾਨ ਇੱਕ ਦਿਨ ਕਵਾਲੀਆਂ ਨਾਲ ਸਾਰੀ ਦੁਨੀਆ ਜਿੱਤੇਗਾ ਅਤੇ ਅੱਜ ਨੁਸਰਤ ਜੀ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿੱਚ 125 ਕਵਾਲੀਆਂ ਦੀ ਐਲਬਮ ਕਾਰਨ ਦਰਜ ਹੈ। ਨੁਸਰਤ ਜੀ ਦੇ ਨਾਲ ਉਹਨਾਂ ਦੇ ਸਕੇ ਭਰਾ ਅਤੇ ਚਾਚੇ ਤਾਏ ਦੇ ਭਰਾ ਗਾਉਂਦੇ ਅਤੇ ਸਾਜ ਵਜਾਉਂਦੇ ਸੀ ਅਤੇ ਨੁਸਰਤ ਜੀ ਨੂੰ 1987 ਵਿੱਚ ਆਪਣੀ ਗਾਇਕੀ ਕਾਰਨ ਪ੍ਰਾਈਡ ਆਫ ਪਾਕਿਸਤਾਨ ਦਾ ਅਵਾਰਡ ਵੀ ਮਿਲਿਆ। ਸੋ 1985 ਵਿੱਚ ਇਹਨਾਂ ਨੇ ਪਹਿਲਾ ਇੰਟਰਨੈਸ਼ਨਲ ਸ਼ੋਅ ਲਾਇਆ ਸੀ ਜੋ ਸੀ ਫਰਾਂਸ ਪੈਰਿਸ ਦੇ ਵਿੱਚ, ਪਰ ਸ਼ੁਰੂਆਤ ਇਹਨਾਂ ਨੇ 1964 ਵਿੱਚ ਰੇਡੀਓ ਪਾਕਿਸਤਾਨ ਤੋਂ ਸ਼ੁਰੂ ਕੀਤੀ ਸੀ ਅਤੇ ਉਸ ਸਮੇਂ ਇਹਨਾਂ ਦੀ ਉਮਰ 15 ਸਾਲ ਦੀ ਸੀ ਅਤੇ ਇਸ ਮਹਿਫਲ ਵਿੱਚ ਉਸਤਾਦ ਛੋਟੇ ਗੁਲਾਮ ਅਲੀ ਖਾਨ, ਉਸਤਾਦ ਸਲਾਮਤ ਅਲੀ ਖਾਨ ਸਾਹਿਬ ਅਤੇ ਹੋਰ ਵੀ ਬਹੁਤ ਵੱਡੇ ਵੱਡੇ ਉਸਤਾਦ ਸੀ ਅਤੇ ਨੁਸਰਤ ਜੀ ਨੇ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਵੀ ਆਪਣੇ ਗੀਤ ਦਿੱਤੇ ਨੇ ਪਰ ਆਖਰ ਸਮੇਂ ਵਿੱਚ ਇਹਨਾਂ ਦਾ ਵਜ਼ਨ 137 ਕਿਲੋ ਦੇ ਨੇੜੇ ਹੋ ਗਿਆ ਸੀ ਜਿਸ ਕਾਰਨ ਇਹਨਾਂ ਨੂੰ ਲੀਵਰ ਅਤੇ ਕਿਡਨੀ ਦੀ ਸਮੱਸਿਆ ਹੋਣ ਲੱਗੀ। ਇਸ ਦੇ ਇਲਾਜ ਲਈ ਹੀ ਜਦੋਂ ਇਹ ਅਮੈਰੀਕਾ ਜਾ ਰਹੇ ਸੀ ਤਾਂ ਯੂਕੇ ਦੀ ਏਅਰਪੋਰਟ 'ਤੇ ਹੀ ਉਹਨਾਂ ਨੂੰ ਅਟੈਕ ਆ ਗਿਆ ਅਤੇ 16 ਅਗਸਤ 1997 ਵਿੱਚ ਕਾਰਡੀਅਕ ਅਰੈਸਟ ਦੇ ਕਾਰਨ, ਮਤਲਬ ਦਿਲ ਦੀ ਧੜਕਣ ਰੁਕਣ ਦੇ ਕਾਰਨ 48 ਸਾਲ ਦੀ ਉਮਰ ਵਿੱਚ ਇਹਨਾਂ ਦੀ ਮੌਤ ਹੋ ਗਈ। ਇਹਨਾਂ ਨੇ ਆਪਣਾ ਆਖਰੀ ਸ਼ੋਅ ਲੰਡਨ ਵਿੱਚ ਕੀਤਾ ਅਤੇ ਇਹਨਾਂ ਦੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਇਹ ਸ਼ੋਅ ਕੈਂਸਲ ਨਹੀਂ ਕੀਤਾ ਬਲਕਿ ਸਟ੍ਰੈਕਚਰ 'ਤੇ ਹੀ ਪੂਰਾ ਸ਼ੋਅ ਕੀਤਾ ਅਤੇ ਇਹਨਾਂ ਨੂੰ ਪਾਕਿਸਤਾਨ ਫੈਸਲਾਬਾਦ ਵਿੱਚ ਹੀ ਸਪੁਰਦ ਖਾਕ ਕੀਤਾ ਗਿਆ। ਨੁਸਰਤ ਜੀ ਦੀ ਪਤਨੀ ਦਾ ਨਾਮ ਨਾਹਿਦ ਸੀ। ਇਹਨਾਂ ਦਾ ਨਿਕਾਹ 1979 ਵਿੱਚ ਹੋਇਆ ਅਤੇ ਇਹਨਾਂ ਦੀ ਬੇਟੀ ਦਾ ਨਾਮ ਨਿਦਾ ਹੈ ਜੋ ਕਿ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕੈਨੇਡਾ ਵਿੱਚ ਰਹਿ ਰਹੀ ਹੈ।
ਨੁਸਰਤ ਜੀ ਦੀ 10-12 ਜਣਿਆਂ ਦੀ ਟੀਮ ਲੱਖਾਂ ਲੋਕਾਂ ਨੂੰ ਆਪਣੇ ਸੰਗੀਤ ਨਾਲ ਪਾਗਲ ਕਰ ਦਿੰਦੀ ਸੀ ਅਤੇ ਇਹ ਬਹੁਤ ਹੀ ਕਮਾਲ ਦੇ ਸੂਫੀਆਨਾ ਅੰਦਾਜ਼ ਵਿੱਚ ਗਾਉਂਦੇ ਸੀ। ਇਹਨਾਂ ਨੂੰ ਜਦੋਂ ਸੁਪਨਾ ਆਇਆ ਸੀ ਤਾਂ ਉਸ ਵਿੱਚ ਇੱਕ ਮਜ਼ਾਰ ਵੀ ਦਿਖਾਈ ਦਿੱਤੀ। ਜਦੋਂ ਇਹਨਾਂ ਨੇ ਆਪਣੇ ਦੋਸਤ ਨੂੰ ਉਸ ਸੁਪਨੇ ਬਾਰੇ ਦੱਸਿਆ ਤਾਂ ਇਹਨਾਂ ਦੇ ਦੋਸਤ ਨੇ ਮਤਲਬ ਦੱਸਿਆ ਕਿ ਉਹ ਖਵਾਜਾ ਅਜਮੇਰ ਸ਼ਰੀਫ ਦੀ ਦਰਗਾਹ ਏ। ਇਸ ਤੋਂ ਬਾਅਦ ਉਹ ਭਾਰਤ ਆਏ ਸੀ ਅਤੇ ਇੱਥੇ ਆਪਣੀ ਕਵਾਲੀ ਗਾ ਕੇ ਗਏ ਅਤੇ ਨਾਲ ਦੀ ਨਾਲ ਆਪਣੀ ਮਨੋਕਾਮਨਾ ਵੀ ਪੂਰੀ ਕਰਕੇ ਗਏ। ਸੋ ਜੇਕਰ ਗੱਲ ਕਰੀਏ ਖਾਨ ਸਾਹਿਬ ਨੂੰ ਖਾਣ ਵਿੱਚ ਸਭ ਤੋਂ ਜ਼ਿਆਦਾ ਕੀ ਪਸੰਦ ਸੀ ਤਾਂ ਉਹਨਾਂ ਦੀ ਪਸੰਦੀਦਾ ਡਿਸ਼ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਸਕਦੇ ਹੋ। ਖਾਸ ਤੌਰ 'ਤੇ ਮੁੰਝੇ ਜੋ ਹੈ ਉਹ ਕਰੇਲੇ ਗੋਸ਼ਤ ਮੁੰਝੇ ਜ਼ਿਆਦਾ ਪਸੰਦ ਹੈ ਜੀ। ਔਰ ਬਚਪਨ ਸੇ ਮੇਰੀ ਵਾਲਦਾ ਬੜਾ ਅੱਛਾ ਪਕਾਤੀ ਥੀ ਤੋ ਕਰੇਲੇ ਗੋਸ਼ਤ ਮੇਰੀ ਜੋ ਫੇਵਰੇਟ ਡਿਸ਼ ਸਭ ਸੇ ਫੇਵਰੇਟ ਡਿਸ਼ ਹਾਂ। ਅਤੇ ਉਹਨਾਂ ਨੂੰ ਇੱਕ ਵਾਰੀ ਇੰਟਰਵਿਊ ਵਿੱਚ ਸਵਾਲ ਪੁੱਛਿਆ ਗਿਆ ਸੀ ਕਿ ਜੇਕਰ ਅਸੀਂ ਰਿਆਜ਼ ਕਰੀਏ ਤਾਂ ਅੱਜ ਤੋਂ 10 ਸਾਲ ਬਾਅਦ ਅਸੀਂ ਆਪਣੀ ਆਵਾਜ਼ ਨਿਖਾਰ ਸਕਦੇ ਹਾਂ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਿਲਕੁਲ ਜ਼ਰੂਰ। ਅਤੇ ਕੀ ਸਾਨੂੰ ਖੱਟਾ ਜਾਂ ਠੰਡੀਆਂ ਚੀਜ਼ਾਂ ਵੀ ਬੰਦ ਕਰਨੀਆਂ ਪੈਣਗੀਆਂ ਤਾਂ ਇਸ ਦਾ ਜਵਾਬ ਤੁਸੀਂ ਖੁਦ ਹੀ ਸੁਣ ਸਕਦੇ ਹੋ। ਔਰ ਬਾਅਦ ਕੁਛ ਆਵਾਜ਼ ਕੁਛ ਅੱਲਾਹ ਤਾਲਾ ਦੀ ਅਸੀਂ ਹੁੰਦੇ ਵੀ ਉਹ ਜੋ ਮਰਜ਼ੀ ਖਾਂਦੇ ਨੇ ਅਤੇ ਉਹਨਾਂ ਨੂੰ ਕੁਛ ਨਹੀਂ ਕੋਈ ਫਰਕ ਨਹੀਂ ਪੈਂਦਾ। ਕੁਛ ਆਵਾਜ਼ ਇਸ ਹੁੰਦੇ ਵੀ ਇਹਨਾਂ ਨੂੰ ਬੜਾ ਪਰਹੇਜ਼ ਕਰਨੀ ਪੈਂਦੀ ਹੈ ਜੀ। ਸੋ ਇਹਨਾਂ ਨੇ ਪੰਜਾਬੀ, ਹਿੰਦੀ, ਉਰਦੂ ਦੇ ਨਾਲ ਨਾਲ ਪਰਸ਼ੀਅਨ, ਫਾਰਸੀ ਦੇ ਵਿੱਚ ਵੀ ਬਹੁਤ ਸੌਂਗਸ ਗਾਏ ਨੇ, ਪਰ ਇਹਨਾਂ ਦੀ ਮੇਨ ਭਾਸ਼ਾ ਪੰਜਾਬੀ ਸੀ। ਨੁਸਰਤ ਜੀ ਨੇ ਕਵਾਲੀਆਂ ਨਾਲ ਬਹੁਤ ਐਕਸਪੈਰੀਮੈਂਟ ਕੀਤੇ ਅਤੇ ਤਬਲੇ ਨਾਲ ਕਵਾਲੀ ਦੀ ਜੁਗਲਬੰਦੀ ਵੀ ਨੁਸਰਤ ਜੀ ਨੇ ਹੀ ਸ਼ੁਰੂ ਕੀਤੀ ਸੀ। ਇਹਨਾਂ ਨੇ ਬਾਲੀਵੁੱਡ ਵਿੱਚ ਕਾਫੀ ਗੀਤ ਗਾਏ ਨੇ ਜਿਵੇਂ ਕਾਰਤੂਸ, ਧੜਕਣ, ਕੱਚੇ ਧਾਗੇ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਵਿੱਚ ਆਪਣੇ ਗੀਤ ਗਾਏ। ਇਹਨਾਂ ਦੇ ਗਾਣਿਆਂ ਦੀਆਂ ਕੰਪੋਜੀਸ਼ਨਸ ਬਾਲੀਵੁੱਡ ਦੇ ਬਹੁਤ ਗਾਣਿਆਂ ਵਿੱਚ ਵਰਤੀਆਂ ਗਈਆਂ। ਸਾਲ 1999 ਵਿੱਚ ਰਾਜ ਕਪੂਰ ਜੀ ਨੇ ਨੁਸਰਤ ਜੀ ਨੂੰ ਆਪਣੇ ਘਰੇ ਵਿਆਹ ਵਿੱਚ ਗਾਉਣ ਦਾ ਸੁਨੇਹਾ ਦਿੱਤਾ ਅਤੇ ਇਹ ਵਿਆਹ ਸੀ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਅਤੇ ਇਹਨਾਂ ਦੇ ਵਿਆਹ ਲਈ ਉਹ ਸਪੈਸ਼ਲ ਗਾਣਾ ਸਾਸੋਂ ਕੀ ਮਾਲਾ ਪੇ ਲਿਖ ਕੇ ਤਿਆਰ ਕਰਕੇ ਲੈ ਕੇ ਆਏ ਅਤੇ ਇਸ 'ਤੇ ਉਹਨਾਂ ਨੇ ਭਾਰਤ ਦੇ ਲੋਕ ਝੂਮਣ ਲਾ ਦਿੱਤੇ। ਬਾਅਦ ਵਿੱਚ ਇਹ ਗੀਤ ਫਿਲਮ ਵਿੱਚ ਵੀ ਵਰਤਿਆ ਗਿਆ। ਸੋ ਇੱਕ ਬਹੁਤ ਹੀ ਮਸ਼ਹੂਰ ਕਿੱਸਾ ਹੈ ਨੁਸਰਤ ਜੀ ਅਤੇ ਆਨੰਦ ਬਖਸ਼ੀ ਵਿਚਕਾਰ। ਜਦੋਂ ਨੁਸਰਤ ਜੀ ਆਪਣੀ ਆਖਰੀ ਮੂਵੀ ਕੱਚੇ ਧਾਗੇ ਦੇ ਸੰਗੀਤ ਲਈ ਪਾਕਿਸਤਾਨ ਤੋਂ ਮੁੰਬਈ ਆਏ ਸੀ ਅਤੇ 1 ਮਹੀਨਾ ਇੱਥੇ ਹੀ ਰਹੇ, ਉਸ ਸਮੇਂ ਉਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਹਨਾਂ ਨੂੰ ਬਹੁਤ ਤਕਲੀਫ ਆਉਣ ਲੱਗ ਗਈ ਸੀ। ਆਨੰਦ ਬਖਸ਼ੀ ਉਸ ਫਿਲਮ ਲਈ ਗੀਤ ਲਿਖ ਰਹੇ ਸੀ ਅਤੇ ਨੁਸਰਤ ਜੀ ਨੇ ਉਹ ਗੀਤ ਗਾਉਣੇ ਸੀ ਅਤੇ ਨੁਸਰਤ ਜੀ ਹੁਣ ਹੋਟਲ ਵਿੱਚ ਰਹਿ ਰਹੇ ਸੀ, ਇਸ ਕਰਕੇ ਉਹਨਾਂ ਨੇ ਆਨੰਦ ਬਖਸ਼ੀ ਨੂੰ ਆਪਣੇ ਹੋਟਲ ਵਿੱਚ ਹੀ ਬੁਲਾਇਆ ਕਿਉਂਕਿ ਉਹਨਾਂ ਦਾ ਜ਼ਿਆਦਾ ਵਜ਼ਨ ਹੋਣ ਕਾਰਨ ਉਹਨਾਂ ਨੂੰ ਕਿਤੇ ਆਉਣ ਜਾਣ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ। ਪਰ ਆਨੰਦ ਬਖਸ਼ੀ ਨੂੰ ਲੱਗਿਆ ਕਿ ਇਹ ਬੰਦਾ ਪਾਕਿਸਤਾਨ ਤੋਂ ਤਾਂ ਆ ਗਿਆ ਅਤੇ ਇੱਥੇ ਸਾਨੂੰ ਆ ਕੇ ਆਰਡਰ ਦੇ ਰਿਹਾ ਹੈ, ਇਸ ਤੋਂ ਆਪ ਆ ਕੇ ਨਹੀਂ ਮਿਲਿਆ ਜਾ ਰਿਹਾ ਅਤੇ ਉਹ ਇਸ ਕਰਕੇ ਮਿਲਣ ਨਹੀਂ ਗਏ ਅਤੇ ਜੋ ਟਿਊਨ 'ਤੇ ਉਹ ਗੀਤ ਗਾ ਕੇ ਨੁਸਰਤ ਜੀ ਨੂੰ ਭੇਜਦੇ, ਨੁਸਰਤ ਜੀ ਉਹਨਾਂ ਨੂੰ ਰਿਜੈਕਟ ਕਰ ਦਿੰਦੇ ਅਤੇ 15-20 ਦਿਨ ਇਹੀ ਸਿਲਸਿਲਾ ਚੱਲਿਆ। ਆਖਰ ਵਿੱਚ ਨੁਸਰਤ ਜੀ ਨੇ 5-7 ਬੰਦੇ ਬੁਲਾਏ ਅਤੇ ਕਿਹਾ ਕਿ ਮੈਨੂੰ ਆਨੰਦ ਕੋਲ ਲੈ ਕੇ ਚੱਲੋ ਅਤੇ ਉਹ ਨੁਸਰਤ ਜੀ ਨੂੰ ਆਨੰਦ ਦੇ ਘਰੇ ਲੈ ਕੇ ਗਏ ਅਤੇ ਜਦੋਂ ਆਨੰਦ ਬਖਸ਼ੀ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਰੋਣ ਲੱਗ ਪਏ ਅਤੇ ਨੁਸਰਤ ਜੀ ਕੋਲ ਜਾ ਕੇ ਮਾਫ਼ੀ ਮੰਗਣ ਲੱਗੇ ਅਤੇ ਕਿਹਾ ਕਿ ਮੈਂ ਆਪਣੀ ਈਗੋ ਕਾਰਨ ਕੁਝ ਹੋਰ ਹੀ ਸਮਝ ਰਿਹਾ ਸੀ, ਜੇ ਮੈਨੂੰ ਤੁਹਾਡੇ ਬਾਰੇ ਪਤਾ ਹੁੰਦਾ ਤਾਂ ਮੈਂ ਅਜਿਹੀ ਗਲਤੀ ਕਦੇ ਵੀ ਨਾ ਕਰਦਾ। ਸੋ ਇਹਨਾਂ ਦਾ ਛੋਟੇ ਹੁੰਦਿਆਂ ਦਾ ਇੱਕ ਕਿੱਸਾ ਵੀ ਸੀ ਕਿ ਇਹ ਇੱਕ ਵਾਰ ਮੂਵੀ ਵੇਖਣ ਗਏ। ਸੋ ਸਿਨੇਮੇ ਵਿੱਚ ਮੂਵੀ ਲੱਗੀ ਹੋਈ ਸੀ ਮੰਜ਼ਿਲ। ਸੋ ਫਿਲਮ ਤਾਂ ਇਹ ਆਪਣੇ ਯਾਰਾਂ ਦੋਸਤਾਂ ਨਾਲ ਦੇਖਣ ਚਲੇ ਗਏ, ਪਰ ਇਹਨਾਂ ਕੋਲ ਉਸ ਸਮੇਂ ਪੈਸੇ ਬਹੁਤ ਘੱਟ ਸੀ। ਸੋ ਫਿਲਮ ਦੇਖਣ ਤੋਂ ਬਾਅਦ ਜਦੋਂ ਇਹ ਬਾਹਰ ਆਏ, ਇਹਨਾਂ ਨੇ ਸੋਚਿਆ ਕਿ ਜਹਾਂਗੀਰ ਪੁਲਾਓ ਖਾਂਦੇ ਹਾਂ ਜੋ ਕਿ ਉਸ ਸਮੇਂ ਬਹੁਤ ਮਸ਼ਹੂਰ ਸੀ। ਸੋ ਇਹਨਾਂ ਨੇ ਦੱਸਿਆ ਕਿ ਸਾਡੇ ਤਿੰਨਾਂ ਕੋਲ 8-8 ਆਨੇ ਸੀ, ਮਤਲਬ ਕੁੱਲ ਮਿਲਾ ਕੇ 1.5 ਰੁਪਈਆ ਸੀ ਇਹਨਾਂ ਕੋਲ। ਪਰ ਉਸ ਦਿਨ ਹੀ ਪੁਲਾਓ ਵਾਲਿਆਂ ਨੇ ਰੇਟ ਵਧਾ ਦਿੱਤਾ ਸੀ ਅਤੇ ਜਦੋਂ ਇਹ ਪੁਲਾਓ ਖਾ ਕੇ ਬਾਹਰ ਨਿਕਲੇ ਤਾਂ ਉਹਨਾਂ ਨੇ ਕਿਹਾ ਜੀ ਤੁਸੀਂ 3 ਰੁਪਈਏ ਦਿਓ, ਪਰ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਤਾਂ 1.5 ਰੁਪਈਆ ਹੈ ਅਤੇ ਜਿਸ ਤੋਂ ਬਾਅਦ ਇਹ ਦੱਸਦੇ ਨੇ ਕਿ ਉਹਨਾਂ ਨੇ ਫਿਰ ਸਾਨੂੰ ਉੱਥੇ ਹੀ ਬਿਠਾ ਲਿਆ
ਲਿਆ ਤੇ ਸਾਨੂੰ ਉਹਨਾਂ ਨੇ ਸਾਰੀ ਰਾਤ ਬਿਠਾ ਕੇ ਰੱਖਿਆ। ਉਸ ਸਮੇਂ ਇਹਨਾਂ ਦੀ ਉਮਰ 12-13 ਸਾਲ ਦੀ ਸੀ। ਨੁਸਰਤ ਜੀ ਨੇ ਹਾਲੀਵੁੱਡ ਦੇ ਸੰਗੀਤਕਾਰ ਪੀਟਰ ਗੈਬਰੀਅਲ ਨਾਲ ਮਿਲ ਕੇ ਦ ਲਾਸਟ ਟੈਪਟੇਸ਼ਨ ਆਫ ਕ੍ਰਾਈਸਟ, ਨੈਚੁਰਲ ਬੋਰਨ ਕਿਲਰ ਤੇ ਡੈਡ ਮੈਨ ਵਾਕਿੰਗ ਨਾਮ ਦੀਆਂ ਫਿਲਮਾਂ ਵਿੱਚ ਆਪਣੀ ਆਵਾਜ਼ ਦੇ ਕੇ ਦੁਨੀਆਂ ਨੂੰ ਅਚੰਬਿਤ ਕਰ ਦਿੱਤਾ। ਇਹਨਾਂ ਦੇ ਅਲਾਪ ਬਹੁਤ ਸਾਰੀਆਂ ਫਿਲਮਾਂ ਵਿੱਚ ਵਰਤੇ ਗਏ ਨੇ ਤੇ ਮੈਡੋਨਾ ਜੋ ਹਾਲੀਵੁੱਡ ਦੀ ਗਾਇਕਾ ਸੀ ਉਹ ਵੀ ਨੁਸਰਤ ਜੀ ਦੀ ਫੈਨ ਸੀ। ਉਹ ਅਮੈਰੀਕਾ ਵਿੱਚ ਇਹਨਾਂ ਦੇ ਹੋਣ ਵਾਲੇ ਹਰੇਕ ਸ਼ੋਅ ਵਿੱਚ ਇਹਨਾਂ ਨੂੰ ਸੁਣਨ ਜਾਂਦੀ ਸੀ ਤੇ ਉਹ ਇਹਨਾਂ ਨਾਲ ਗੀਤ ਵੀ ਕਰਨਾ ਚਾਹੁੰਦੀ ਸੀ, ਪਰ ਮੈਡੋਨਾ ਦਾ ਉਹ ਸੁਪਨਾ ਪੂਰਾ ਨਾ ਹੋ ਸਕਿਆ। ਸੋ ਇਹਨਾਂ ਦਾ ਕਹਿਣਾ ਸੀ ਕਿ ਜਦੋਂ ਅਸੀਂ ਸ਼ੁਰੂ ਵਿੱਚ ਬਾਹਰਲੀਆਂ ਕੰਟਰੀਆਂ ਵਿੱਚ ਸ਼ੋਅ ਲਾਉਣ ਜਾਂਦੇ ਸੀ ਤਾਂ ਸਾਨੂੰ ਇਹ ਬਹੁਤ ਸੋਚ ਹੁੰਦੀ ਸੀ ਕਿ ਉਹਨਾਂ ਨੂੰ ਸਾਡੀ ਭਾਸ਼ਾ ਵਿੱਚ ਗਾਇਆ ਕਿਵੇਂ ਸਮਝ ਆਵੇਗਾ। ਸੋ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਪਹਿਲੀ ਵਾਰ ਬਾਹਰਲੀ ਕੰਟਰੀ ਵਿੱਚ ਪਰਫਾਰਮੈਂਸ ਕਰਨ ਗਏ ਤਾਂ ਅਸੀਂ ਆਪਣੀਆਂ ਗਾਈਆਂ ਹੋਈਆਂ ਕਵਾਲੀਆਂ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕਰਵਾ ਕੇ ਲੈ ਕੇ ਗਏ ਸੀ ਤਾਂ ਗਾਉਣ ਤੋਂ ਪਹਿਲਾਂ ਇਹ ਉਹਨਾਂ ਨੂੰ ਇੰਗਲਿਸ਼ ਵਿੱਚ ਕਵਾਲੀ ਬਾਰੇ ਸਮਝਾਉਂਦੇ ਸੀ ਤੇ ਫਿਰ ਕਵਾਲੀ ਸੁਣਾਉਂਦੇ ਸੀ। ਸੋ ਉਦੋਂ ਇਹਨਾਂ ਦਾ ਪ੍ਰੋਗਰਾਮ ਫਰਾਂਸ ਵਿੱਚ ਸੀ ਤਾਂ ਫਰਾਂਸ ਵਾਲਿਆਂ ਨੇ ਕਿਹਾ ਕਿ ਤੁਸੀਂ ਸਾਡੇ ਤੇ ਜ਼ੁਲਮ ਨਾ ਕਰੋ, ਤੁਹਾਡੀ ਪਰਫਾਰਮੈਂਸ ਹੀ ਸਾਨੂੰ ਦੱਸ ਰਹੀ ਹੈ ਕਿ ਤੁਸੀਂ ਕੀ ਗਾ ਰਹੇ ਹੋ, ਤੁਹਾਨੂੰ ਸਮਝਾਉਣ ਦੀ ਲੋੜ ਨਹੀਂ ਹੈ, ਤੁਹਾਡੀ ਪਰਫਾਰਮੈਂਸ ਹੀ ਸਾਨੂੰ ਦੱਸ ਰਹੀ ਹੈ ਕਿ ਤੁਸੀਂ ਕੀ ਕਮਾਲ ਕਰ ਰਹੇ ਹੋ। ਸੋ ਇਸ ਤਰ੍ਹਾਂ ਦਾ ਮਿਊਜ਼ਿਕ ਸੀ ਉਸ ਸਮੇਂ ਇਹਨਾਂ ਦਾ ਕਿ ਬਾਹਰਲੀਆਂ ਕੰਟਰੀਆਂ ਵਾਲਿਆਂ ਦੇ ਦਿਲਾਂ 'ਤੇ ਵੀ ਇਹ ਰਾਜ ਕਰਦੇ ਸੀ, ਚਾਹੇ ਉਹ ਫਰਾਂਸ ਹੋਵੇ ਜਾਂ ਜਪਾਨ ਜਾਂ ਕੋਈ ਹੋਰ ਕੰਟਰੀ। ਖਾਸ ਕਰਕੇ ਜਪਾਨ ਵਾਲੇ ਤਾਂ ਬਹੁਤ ਵੱਡੇ ਫੈਨ ਸੀ ਇਹਨਾਂ ਦੇ, ਇੱਥੋਂ ਤੱਕ ਕਿ ਉਹ ਤਾਂ ਇਹਨਾਂ ਨੂੰ ਛੋਟੇ ਮਹਾਤਮਾ ਬੁੱਧ ਦਾ ਦਰਜਾ ਦਿੰਦੇ ਸੀ। ਨੁਸਰਤ ਜੀ ਕਹਿੰਦੇ ਨੇ ਕਿ ਉਹ ਲੋਕ ਦੱਸਦੇ ਨੇ ਕਿ ਜਦੋਂ ਮੈਂ ਅੱਖਾਂ ਬੰਦ ਕਰਕੇ ਗਾਉਂਦਾ ਤਾਂ ਉਹਨਾਂ ਨੂੰ ਗੌਤਮ ਬੁੱਧ ਵਾਂਗ ਨਜ਼ਰ ਆਉਂਦੇ ਨੇ। ਨੁਸਰਤ ਜੀ ਨੇ ਆਪਣੇ ਰਿਸ਼ਤੇਦਾਰ ਦੇ ਬੱਚੇ ਨੂੰ ਹੀ ਆਪਣਾ ਬੇਟਾ ਬਣਾ ਲਿਆ ਸੀ ਤੇ ਉਸ ਨੂੰ ਹੀ ਆਪਣੀ ਗੱਦੀ ਦਿੱਤੀ, ਜਿਨ੍ਹਾਂ ਦਾ ਨਾਮ ਹੈ ਰਾਹਤ ਫਤਿਹ ਅਲੀ ਖਾਨ ਸਾਹਿਬ, ਜੋ ਅੱਜ ਬਾਲੀਵੁੱਡ ਵਿੱਚ ਵੀ ਗੀਤਕਾਰ ਨੇ। 1996 ਵਿੱਚ ਨੁਸਰਤ ਜੀ ਜਦੋਂ ਅਮੈਰੀਕਾ ਵਿੱਚ ਸੀ ਤਾਂ ਉਹਨਾਂ ਦੀ ਸਾਰੀ ਟੀਮ ਵੀ ਉਹਨਾਂ ਦੇ ਨਾਲ ਹੀ ਸੀ। ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਹੁਣ ਉਹਨਾਂ ਕੋਲ ਬਹੁਤਾ ਸਮਾਂ ਨਹੀਂ ਹੈ, ਇਸ ਲਈ ਉਹਨਾਂ ਨੇ ਆਪਣੀ ਸਾਰੀ ਟੀਮ ਨੂੰ ਕਿਹਾ ਕਿ ਹੁਣ ਅਸੀਂ ਪਾਕਿਸਤਾਨ ਜਾਣਾ ਹੈ, ਪਰ ਜੇ ਤੁਸੀਂ ਇੱਥੇ ਰਹਿ ਕੇ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ, ਤੁਸੀਂ ਇੱਥੇ ਹੀ ਸੈਟਲ ਹੋ ਕੇ ਰਹਿ ਸਕਦੇ ਹੋ। ਪਰ ਉਹਨਾਂ ਵਿੱਚੋਂ ਕੋਈ ਨਾ ਮੰਨਿਆ ਤੇ ਉਹ ਸਾਰੇ ਨੁਸਰਤ ਜੀ ਨਾਲ ਵਾਪਸ ਪਾਕਿਸਤਾਨ ਆ ਗਏ। ਉਹਨਾਂ ਨੂੰ ਇਹ ਸੀ ਕਿ ਉਹਨਾਂ ਦੀ ਟੀਮ ਇੱਥੇ ਹੀ ਸੈੱਟ ਹੋ ਜਾਵੇ, ਪਰ ਉਹਨਾਂ ਨੇ ਇੱਕ ਵਫ਼ਾਦਾਰੀ ਦੀ ਮਿਸਾਲ ਦਿੰਦੇ ਹੋਏ ਨਾਲ ਜਾਣਾ ਹੀ ਸਹੀ ਸਮਝਿਆ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਆਪਣੇ ਸਕੂਲ ਸਮੇਂ ਇੱਕ ਲੜਕੀ ਨਾਲ ਪਿਆਰ ਹੋ ਗਿਆ ਸੀ, ਇਹ ਪਿਆਰ ਸਿਰੇ ਨਹੀਂ ਚੜ ਸਕਿਆ। ਪਰ ਬਾਅਦ ਵਿੱਚ ਨੁਸਰਤ ਜੀ ਇਹ ਕਿਹਾ ਕਰਦੇ ਸੀ ਕਿ ਮੈਂ ਉਸ ਨੂੰ ਯਾਦ ਕਰਕੇ ਹੀ ਗਾ ਰਿਹਾ ਜੋ ਮੇਰੇ ਸਕੂਲ ਦਾ ਪਿਆਰ ਸੀ, ਤੇ ਉਹ ਗਾਉਂਦੇ ਸਮੇਂ ਇੰਨਾ ਲੀਨ ਹੋ ਜਾਂਦੇ ਕਿ ਉਹਨਾਂ ਦੇ ਤਬਲੇ ਵਾਲਿਆਂ ਦੇ ਹੱਥ ਦਰਦ ਕਰਨ ਲੱਗ ਜਾਂਦੇ ਤੇ ਉਹ ਦਰਦ ਕਾਰਨ ਨੁਸਰਤ ਜੀ ਨੂੰ ਰੋਕਦੇ, ਨਾ ਕਿ ਨੁਸਰਤ ਜੀ ਆਪ ਰੁਕਦੇ ਸੀ। ਨੁਸਰਤ ਜੀ ਦੁਨੀਆਂ ਦੇ ਇਕਲੌਤੇ ਅਜਿਹੇ ਗਾਇਕ ਸੀ ਜੋ 4 ਮਿੰਟ ਤੱਕ ਇੱਕੋ ਸਾਹ ਵਿੱਚ ਸਰਗਮ ਗਾ ਸਕਦੇ ਸੀ। ਸੋ ਅੱਜ ਤੱਕ ਵੀ ਪੂਰੀ ਦੁਨੀਆਂ ਵਿੱਚ ਅਜਿਹਾ ਕੋਈ ਨਹੀਂ ਕਰ ਸਕਦਾ। ਸਰਗਮ ਮਤਲਬ ਸਾਰੇ ਗਮਾ ਪਾ। ਸੋ ਇਹ ਚੀਜ਼ ਅਸੀਂ ਬਸ ਸਮਝਾਉਣ ਲਈ ਦੱਸੀ ਆ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਬਹੁਤ ਬੜੇ ਤਬਲਾ ਉਸਤਾਦ ਹੋਏ ਨੇ ਜ਼ਾਕਿਰ ਹੁਸੈਨ ਸਾਹਿਬ। ਸੋ ਇੱਕ ਬੰਦਾ ਉਹਨਾਂ ਕੋਲ ਤਬਲਾ ਸਿੱਖਣ ਗਿਆ। ਸੋ ਨੋਰਮਲ ਜ਼ਾਕਿਰ ਹੁਸੈਨ ਸਾਹਿਬ ਤਬਲਾ ਸਿਖਾਉਂਦੇ ਨਹੀਂ ਸੀ ਤੇ ਉਹ ਬੰਦੇ ਨੇ ਕਿਹਾ ਕਿ ਹਜ਼ੂਰ ਮੈਨੂੰ ਆਪਣਾ ਚੇਲਾ ਬਣਾ ਲਿਓ। ਤਾਂ ਜ਼ਾਕਿਰ ਹੁਸੈਨ ਸਾਹਿਬ ਨੇ ਕਿਹਾ ਕਿ ਮੈਂ ਚੇਲਾ ਤਾਂ ਬਣਾਉਂਦਾ ਹੀ ਨਹੀਂ। ਪਰ ਉਹ ਬੰਦਾ ਆਪਣੀ ਇੱਜ਼ਤ ਤੇ ਅੜ ਗਿਆ। ਉਹ ਕਹਿੰਦਾ ਮੈਂ ਤਾਂ ਸਿੱਖਣਾ ਹੀ ਤੁਹਾਡੇ ਤੋਂ ਹੈ, ਭਾਵੇਂ ਜੋ ਮਰਜ਼ੀ ਕੀਮਤ ਲੈ ਲਓ। ਤਾਂ ਜ਼ਾਕਿਰ ਸਾਹਿਬ ਨੇ ਪੁੱਛਿਆ ਕਿ ਤੂੰ ਅੱਜ ਤੋਂ ਪਹਿਲਾਂ ਕਦੇ ਤਬਲਾ ਵਜਾਇਆ? ਤਾਂ ਉਸਨੇ ਕਿਹਾ ਕਿ 6-7 ਮਹੀਨੇ ਮੈਂ ਸਿੱਖਿਆ ਹੈ ਕਿਸੇ ਉਸਤਾਦ ਕੋਲੋਂ, ਕਿਉਂਕਿ ਉਹ ਕੁਝ ਵਧੀਆ ਨਹੀਂ ਸਿਖਾ ਰਿਹਾ ਸੀ, ਹੁਣ ਮੈਂ ਤੁਹਾਡੇ ਕੋਲੋਂ ਸਿੱਖਣਾ ਚਾਹੁੰਦਾ। ਸੋ ਹੁਣ ਤੁਸੀਂ ਦੱਸੋ ਕਿੰਨਾ ਪੈਸਾ ਲੱਗੇਗਾ, ਕਿੰਨਾ ਟਾਈਮ ਲੱਗੇਗਾ, ਸਭ ਕੁਝ ਦੇਵਾਂਗਾ। ਤਾਂ ਜ਼ਾਕਿਰ ਸਾਹਿਬ ਨੂੰ ਮਸਕਰੀ ਸੁੱਝੀ। ਉਹਨਾਂ ਨੇ ਕਿਹਾ ਕਿ 5 ਸਾਲ ਲੱਗਣਗੇ ਤੇ 5 ਲੱਖ ਰੁਪਈਏ, ਪਰ ਤੈਨੂੰ ਤਬਲਾ ਸਿਖਾ ਦਾਂਗੇ। ਤੇ ਇਸ ਤੋਂ ਬਾਅਦ ਉਹ ਬੰਦਾ ਖੁਸ਼ ਹੋ ਗਿਆ। ਉਸਨੇ ਕਿਹਾ ਠੀਕ ਆ, 5 ਸਾਲ ਵੀ ਦਿੱਤੇ, 5 ਲੱਖ ਰੁਪਈਏ ਵੀ। ਤਾਂ ਜ਼ਾਕਿਰ ਸਾਹਿਬ ਨੇ ਕਿਹਾ ਕਿ ਕੱਲ੍ਹ ਤੋਂ ਬਾਅਦ ਤੇਰੀ ਕਲਾਸ ਸ਼ੁਰੂ ਹੋਵੇਗੀ। ਤੇ ਇੰਨੇ ਵਿੱਚ ਹੀ ਉੱਥੇ ਇੱਕ ਹੋਰ ਲੜਕਾ ਆਇਆ ਤੇ ਉਸਨੇ ਵੀ ਜ਼ਾਕਿਰ ਹੁਸੈਨ ਸਾਹਿਬ ਨੂੰ ਆ ਕੇ ਕਿਹਾ ਕਿ
ਮੈਨੂੰ ਵੀ ਤਬਲਾ ਸਿੱਖਣਾ ਹੈ। ਤੇ ਹੁਣ ਇਹ ਛੋਟਾ ਜਿਹਾ 12-13 ਸਾਲ ਦਾ ਲੜਕਾ ਸੀ ਤਾਂ ਜ਼ਾਕਿਰ ਸਾਹਿਬ ਨੇ ਉਸ ਨੂੰ ਵੀ ਕਿਹਾ ਕਿ ਕੋਈ ਨਹੀਂ ਸਿਖਾ ਦਿਆਂਗੇ। ਤਾਂ ਬੱਚੇ ਨੇ ਪੁੱਛਿਆ ਕਿੰਨੀ ਫੀਸ ਲੱਗੇਗੀ, ਤਾਂ ਜ਼ਾਕਿਰ ਸਾਹਿਬ ਨੇ ਕਿਹਾ 1 ਸਾਲ ਤੇ 1 ਲੱਖ ਰੁਪਈਏ। ਤਾਂ ਉੱਥੇ ਜਿਹੜਾ ਪਹਿਲਾ ਬੰਦਾ ਬੈਠਾ ਬਹੁਤ ਖੁਸ਼ ਹੋ ਰਿਹਾ ਸੀ, ਉਸਨੇ ਕਿਹਾ ਇਹ ਤਾਂ ਬਹੁਤ ਵੱਡਾ ਨਿਆਂ ਹੈ, ਤੁਸੀਂ ਹੁਣੇ ਤਾਂ ਮੈਨੂੰ 5 ਸਾਲ ਤੇ 5 ਲੱਖ ਰੁਪਈਏ ਕਿਹਾ, ਇਸ ਨੂੰ 1 ਸਾਲ ਤੇ 1 ਲੱਖ ਰੁਪਈਆ, ਇਹ ਇੰਨਾ ਵੱਡਾ ਨਿਆਂ ਕਿਉਂ ਹੋ ਰਿਹਾ ਹੈ? ਤਾਂ ਜ਼ਾਕਿਰ ਸਾਹਿਬ ਨੇ ਕਿਹਾ ਕਿ ਤੂੰ 6 ਮਹੀਨੇ ਸਿੱਖ ਚੁੱਕਿਆ, ਸੋ ਇਸ ਕਰਕੇ ਤੇਰੇ 4 ਲੱਖ ਤੇ 4 ਸਾਲ ਉਸ ਨੂੰ ਮਿਟਾਉਣ ਲਈ ਲੱਗਣਗੇ ਜੋ ਤੂੰ 6 ਮਹੀਨੇ ਸਿੱਖਿਆ, ਸੋ ਇਸ ਕਰਕੇ ਤੇਰੇ ਉਹ 4 ਸਾਲ ਵੱਧ ਮੰਗੇ ਨੇ, ਕਿਉਂਕਿ ਤੇਰੇ ਦਿਮਾਗ ਨੂੰ ਪਹਿਲਾਂ ਸਾਫ਼ ਕਰਨਾ ਪਵੇਗਾ ਤੇ ਫਿਰ ਤੈਨੂੰ ਸਿਖਾਉਣਾ ਪਵੇਗਾ। ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਜੇ ਸਿੱਖਣਾ ਤਾਂ ਚੰਗੀ ਜਗ੍ਹਾ ਸਿੱਖੋ, ਭਾਵੇਂ ਤੁਸੀਂ ਕੁਝ ਵੀ ਸਿੱਖਣਾ ਚਾਹੁੰਦੇ ਹੋ, ਮਾੜੀ ਥਾਂ ਤੇ ਸਿੱਖਣ ਨਾਲੋਂ ਬਿਹਤਰ ਹੈ ਕਿ ਤੁਸੀਂ ਨਾ ਹੀ ਸਿੱਖੋ ਤਾਂ ਚੰਗਾ ਹੈ। ਨਹੀਂ ਤਾਂ ਕਿਸੇ ਕੰਮ ਲਈ ਵੀ ਜੇ ਗਲਤ ਇਨਫੋਰਮੇਸ਼ਨ ਤੁਹਾਡੇ ਦਿਮਾਗ ਵਿੱਚ ਇੱਕ ਵਾਰੀ ਸੈੱਟ ਹੋ ਗਈ ਤਾਂ ਉਸ ਨੂੰ ਮਿਟਾਉਣਾ ਬਹੁਤ ਔਖਾ ਹੈ। ਸੋ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।